ਨਾਲ ਹੈ ਜੀ ਫਤਿਹਗੜ੍ਹ ਸਾਹਿਬ। ਸਾਰੇ ਸਰਹੰਦ ਫਤਿਹਗੜ੍ਹ ਸਾਹਿਬ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਲੋੜਵੰਦ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਖਾਣਾ ਚਾਹੀਦਾ ਹੈ ਉਹਨਾਂ ਲਈ ਤਿਆਰ ਖਾਣਾ ਜਿਹੜਾ ਹੈ ਉਹ ਵੱਖ ਵੱਖ ਸੰਸਥਾਵਾਂ ਵੱਲੋਂ ਤਿਆਰ ਕੀਤਾ ਜਾਵੇਗਾ ਅਤੇ ਇਹਨਾਂ ਸੰਸਥਾਵਾਂ ਨੂੰ ਸਾਰੇ ਏਰੀਏ ਜਿੱਥੇ ਜਿੱਥੇ ਗਰੀਬ ਪੋਕਿਟਸ ਰਹਿੰਦੀਆਂ ਜਿਨ੍ਹਾਂ ਨੂੰ ਖਾਣੇ ਦੀ ਲੋੜ ਹੈ ਉਹ ਤਿਆਰ ਹੋਇਆ ਹੋਇਆ ਖਾਣਾ ਉਹਨਾਂ ਨੂੰ ਉਪਲਬਧ ਕਰਵਾਇਆ ਜਾਏਗਾ। ਅੱਜ ਸਾਰਿਆਂ ਦੇ ਨਾਲ ਮੀਟਿੰਗ ਲਈ ਗਈ, ਸਾਰੀ ਸੰਸਥਾਵਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ ਕਿ ਲੋਕਾਂ ਦੀ ਸੇਵਾ ਕਰਨ ਦਾ। ਮੈਂ ਉਹਨਾਂ ਦੇ ਉਤਸ਼ਾਹ ਨੂੰ ਸਲਾਮ ਕਰਦਾ ਅਤੇ ਆਪਣੇ ਸਰਹੰਦ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਲੰਗਰ ਦੀ ਜਿਹੜੀ ਪ੍ਰਥਾ ਹੈ ਇਹਦੇ ਵਿੱਚ ਤੁਸੀਂ ਤੁਹਾਡੇ ਸਹਿਯੋਗ ਦੀ ਮੈਨੂੰ ਬਹੁਤ ਲੋੜ ਹੈ। ਜੇਕਰ ਕਿਸੇ ਨੂੰ ਵੀ ਲੰਗਰ ਦੀ ਜਿਹੜਾ ਹੈਗਾ ਕਿਸੇ ਗਰੀਬ ਨੂੰ ਲੰਗਰ ਦੀ ਲੋੜ ਹੈ ਤਾਂ ਇਹਨਾਂ ਸੰਸਥਾਵਾਂ ਦੇ ਨੰਬਰ ਜਿਹੜੇ ਹੈਗੇ ਸਾਰੀ ਜਗ੍ਹਾ ਫੈਲਾ ਦਿੱਤੇ ਜਾਣਗੇ। ਉਹਨਾਂ 'ਚੋਂ ਏਰੀਏ ਵਾਈਜ਼ ਕਾਲ ਕਰਕੇ ਕਿਸੇ ਤੋਂ ਵੀ ਜਿਹੜਾ ਹੈ ਉਹ ਲੰਗਰ ਤੁਹਾਨੂੰ ਮਿਲ ਜਾਏਗਾ।